ਹੁਣ ਮੈਂ ਕਹਿਣਾ ਵੀ ਕੋਈ ਕੋਠੀ ਇਹੋ ਜਿਹੀ ਹੋਣੀ ਨਹੀਂ ਜੀਜਾ ਹੱਟ ਆਪਾਂ ਨੂੰ ਨਾਲ ਵਾਲੇ ਦੇਖਣ ਨੂੰ। ਬਿਲਕੁਲ ਇਹ ਤੇ ਵੀ ਆਪਾਂ ਸਾਰਾ ਵਰਕ ਵੀ ਜਿਹੜਾ ਕੀਤਾ ਹੋਇਆ ਤੁਸੀਂ ਆਪ ਕੀਤਾ ਹੋਇਆ ਸਾਰਾ? ਹਾਂਜੀ ਅਸੀਂ ਆਪ ਕੀਤਾ ਵਾ। ਇਹਦੇ ਅੰਦਰ ਲੋਹੇ ਦਾ ਫਰੇਮ ਹੁੰਦਾ, ਉੱਪਰ ਦੇ ਸ਼ਿੰਗਲ ਤੋਂ ਲਾ ਕੇ ਆਉਂਦੇ ਆ, ਠੀਕ ਹੈ। ਪਾਸੇ ਉਹੀ HPL ਸ਼ੀਟ ਆ ਗਈ ਜਿਹੜੀ ਗੇਟ ਦੀ, ਇਹ HPL ਸ਼ੀਟ ਕਹਿੰਦੇ ਆ। HPL HPL ਸ਼ੀਟ ਕਹਿੰਦੇ, ਇਹਦੀ 12 ਸਾਲ ਦੀ ਰੰਗ ਫੇਟ ਹੋਣ ਦੀ ਗਰੰਟੀ ਹੁੰਦੀ ਹੈ, ਠੀਕ ਹੈ ਜੀ। ਜਿਹੜਾ ਸਟੀਲ ਲੱਗਿਆ ਹੋਊਗਾ ਸਾਰਾ 304 ਗੇਟ ਦਾ ਸਟੀਲ ਲੱਗਿਆ। ਹੱਟ ਵਗੈਰਾ ਬਣਾਈ ਹੈ ਨਾ, ਉਹਦੇ ਨਾਲ ਥੋੜੀ ਲੁੱਕ ਬਹੁਤ ਜ਼ਿਆਦਾ ਜ਼ਬਰਦਸਤ ਆਉਂਦੀ ਹੈ। ਉਹ ਉਹਦੇ ਨਾਲ ਦੇਖਣ ਨੂੰ ਲੱਗਦਾ ਵੀ ਵੱਡੀ ਬਹੁਤ ਹੋਊਗੀ, ਪਰ ਇਹ ਹੈ ਬਹੁਤ ਕੰਜਸਟਰ, ਛੋਟੀ ਹੋਈ ਆ, ਠੀਕ ਹੈ ਨਾ। ਇਹ ਕੋਈ ਜ਼ਿਆਦਾ ਬਜਟ ਦੀ ਨਹੀਂ, ਲੋ ਬਜਟ ਦੀ ਹੋਈ ਆ। ਇਹ ਜੋ ਸਿੰਗਲਸ ਆ ਇਹ ਨਾ ਕੋਰੀਅਨ ਸਿੰਗਲ ਦਾ ਮਾਰਕੀਟ ਦੇ ਵਿੱਚ ਕਾਪੀ ਬਹੁਤ ਆ ਗਈ, ਕਾਪੀ ਬਹੁਤ ਆ ਗਈ ਆ, ਬਹੁਤ ਲੋਕਲ ਬਣਨ ਲੱਗ ਗਿਆ, ਲੋਕਾਂ ਨੂੰ ਪਤਾ ਨਹੀਂ ਲੱਗਦਾ, ਦੇਖਣ ਨੂੰ ਇਦਾਂ ਦੇ ਹੁੰਦੇ ਆ, ਪਰ ਜਿਹੜੇ ਥੋੜਾ ਜਿਹਾ ਕੋਟਿੰਗ ਹੋਈ ਹੋਈ ਆ, ਇਹ ਕੋਟਿੰਗ ਨਾ ਸਟੋਨ ਕੋਟਿੰਗ ਆ, ਸਲਾਈਡਿੰਗ ਵੀ ਲਾਉਂਦੇ ਆ, ਸਵਿੰਗ ਵੀ ਲਾਉਂਦੇ, ਜਿਹੜੇ ਦੋ ਖੁੱਲਦੇ ਆ। ਕੋਈ ਮੋਬਾਈਲ ਤੋਂ ਵੀ ਆਪਰੇਟ ਹੋ ਜਾਂਦਾ ਕਲਰ? ਮੋਬਾਈਲ ਤੋਂ ਵੀ ਹੁੰਦਾ, ਵਾਈਫਾਈ ਡਿਵਾਈਸ ਲੱਗਿਆ ਹੁੰਦਾ, ਠੀਕ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਖੋਲ ਸਕਦੇ ਆ। ਗੇਟ ਦੀ ਕੁਆਲਿਟੀ ਦਿਖਾ ਦੀ, ਕਿਉਂਕਿ ਇਹ ਅੱਜ ਦੇ ਟਾਈਮ ਮਤਲਬ ਸਭ ਤੋਂ ਟ੍ਰੈਂਡਿੰਗ ਦੇ ਵਿੱਚ ਹੈ। ਬਿਲਕੁਲ ਬਿਲਕੁਲ, ਇਹਦੇ ਪੂਰਾ ਫੁੱਲ ਟ੍ਰੈਂਡ ਆ ਇਸ ਟਾਈਮ, ਇਹਨੂੰ ਅਲਮੂਨੀਅਮ ਪ੍ਰੋਫਾਈਲ ਸ਼ੀਟ ਵਾਲਾ ਗੇਟ ਕਹਿੰਦੇ ਆ। ਇਹ ਚੀਜ਼ ਦੇਖਦੇ ਨੇ, ਕਲਰ ਦੀ ਮੈਂ ਆਪਸ਼ਨ ਦੇਖ ਰਿਹਾ, ਬਹੁਤ ਸਾਫ ਸੁਥਰਾ ਕੀਤਾ ਹੋਇਆ। ਹਾਂ, ਇਹ ਪਾਊਡਰ ਕੋਟਿੰਗ ਆ। ਇਹਨਾਂ ਦਾ ਕੰਮ ਦੇਖ ਕੇ ਘੱਟੋ ਘੱਟ 30-40 ਜਾਣੇ ਮੇਰੇ ਤੋਂ ਨੰਬਰ ਵੀ ਲੈ ਗਏ ਇਹਨਾਂ ਦਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ, ਤੇ ਕੋਠੀ ਦੇ ਵਿੱਚ ਜਿੰਨਾ ਵੀ ਸਟੀਲ ਤੇ ਲੋਹੇ ਦਾ ਕੰਮ ਹੋਇਆ ਉਹ ਵੀਰ ਵੀ ਲੈ ਕੇ ਆ, ਜਿਹੜਾ ਗੇਟ ਤੋਂ ਲੈ ਕੇ ਜਾਵਾਂ ਛੱਤ ਤੱਕ ਹਰ ਇੱਕ ਆਈਟਮ ਲਾਉਂਦਾਗਾ, ਤੇ ਬਾਈ ਤੋਂ ਪੁੱਛਾਂਗੇ ਕੀ ਕੰਮ ਇਹਦੇ ਵਿੱਚ ਕੀਤਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ, ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਗੇਟ ਚੱਲਦੇ ਨੇ। ਹਾਂਜੀ ਬਿਲਕੁਲ, ਤੇ ਇਹ ਕੋਠੀ ਦੇ ਵਿੱਚ ਆਪਾਂ ਗੇਟ ਤੋਂ ਲੈ ਕੇ ਹੋਰ ਕਿਹੜੇ ਕਿਹੜੇ ਕੰਮ ਕੀਤੇ ਹੋਏ? ਇਹ ਕੋਠੀ ਸਟਾਰਟਿੰਗ ਦੇ ਵਿੱਚੋਂ ਦੇਖੋ, ਪਹਿਲਾਂ ਚਗਾਠਾਂ ਤੋਂ ਲੈ ਕੇ ਫਿਰ ਗੇਟ ਆ ਗਿਆ, ਠੀਕ ਹੈ, ਠੀਕ ਹੈ ਜੀ। ਫਿਰ ਅੰਦਰ ਸਟੀਲ ਰੈਲਿੰਗ ਆ ਗਈ, ਉੱਪਰ ਆਪਣੀ ਹੱਟਾਂ ਸਿੰਗਲਸ ਬਣੇ ਹੋਏ ਆ, ਜੰਗਲਾ ਲੱਗਿਆ ਹੋਇਆ, ਸਾਰਾ ਓਵਰਆਲ ਜਿੰਨਾ ਵੀ ਕੰਮ ਹੋਇਆ ਸਾਰਾ ਮੇਰੇ ਕੀਤਾ ਹੋਇਆ, ਠੀਕ ਹੈ ਜੀ। ਬਈ ਪਹਿਲਾਂ ਜੇ ਗੱਲ ਕਰੀਏ ਗੇਟ ਦੀ, ਇਹ ਫੰਡਰ ਮਿਕਸ ਲੱਗਿਆ ਹੋਇਆ? ਇਹ HPL ਸ਼ੀਟ ਕਹਿੰਦੇ ਆ। HPL HPL ਸ਼ੀਟ ਕਹਿੰਦੇ, ਇਹਦੀ 12 ਸਾਲ ਦੀ ਰੰਗ ਫੇਟ ਹੋਣ ਦੀ ਗਰੰਟੀ ਹੁੰਦੀ ਹੈ, ਠੀਕ ਹੈ ਜੀ। ਜਿਹੜਾ ਸਟੀਲ ਲੱਗਿਆ ਹੋਊਗਾ ਸਾਰਾ 304 ਗੇਟ ਦਾ ਸਟੀਲ ਲੱਗਿਆ, ਠੀਕ ਹੈ, ਠੀਕ ਹੈ ਨਾ। ਹਾਂਜੀ, ਜਿੰਦਲ ਦਾ ਹੁੰਦਾ, ਖਰਾਬ ਨਹੀਂ ਹੁੰਦਾ ਹੈਗਾ। ਤੇ ਮਜ਼ਬੂਤੀ ਦੀ ਜੇ ਗੱਲ ਕਰੀਏ, ਮਜ਼ਬੂਤੀ ਬਹੁਤ ਜ਼ਿਆਦਾ ਮਜ਼ਬੂਤੀ ਹੈ, ਮਜ਼ਬੂਤੀ ਵੀ ਬਹੁਤ ਜ਼ਿਆਦਾ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਹਾਂ, ਜੇ ਗੱਲ ਕਰੀਏ ਪੂਰਾ ਜੇ ਦੇਖ ਸਕਦੇ ਹਾਂ, 3 ਤੋਂ 4 ਇੰਚ, 3 ਇੰਚ ਹੋ ਗਿਆ। ਹਾਂ ਹਾਂ, ਇੰਨੀ ਮੋਟਾਈ ਇਹਦੀ ਕਾਫੀ ਹੈਗੀ ਹੈ ਮੋਟਾਈ, ਠੀਕ ਹੈ ਜੀ। ਆਪਾਂ ਇਹਨੂੰ ਐਂ ਲਾ ਕੇ ਬਹੁਤ ਈਜ਼ੀ ਵੀ ਲੱਗ ਜਾਂਦਾ, ਕੋਈ ਚੀਜ਼ ਲੱਗਦਾ ਵੀ ਜਮਾਂ ਸਿੰਪਲ, ਚਾਹੇ ਜਵਾਕ ਖੋਲ ਲਿਆ ਨਾ। ਹਾਂ ਹਾਂ ਹਾਂ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੀ, ਠੀਕ ਹੈ ਜੀ। ਤੇ ਆਹ ਮੋਟਰਸਾਈਕਲ ਵਗੈਰਾ ਨੂੰ ਆਉਣਾ, ਇੱਥੋਂ ਸਿੱਧਾ ਲੰਘ ਜਾਂਦਾ, ਵੀ ਗੱਡੀ ਵਗੈਰਾ ਫਿਰ ਖੋਲ ਲੈਂਦੇ, ਠੀਕ ਹੈ ਜੀ। ਭਾਈ ਜਿਵੇਂ ਆਹ ਲਾਇਆ ਝੰਡਾ, ਇਹ ਕੀ ਆਈਟਮ ਲੱਗੀ ਹੋਈ ਹੈ? ਇਹ ਸਟੀਲ, ਹਾਂ ਸਟੀਲ ਆ, ਦੇਖੋ ਬਿਲਕੁਲ ਗਲਾਸ ਵਰਗੀ ਦੀ ਫਿਨਿਸ਼ਿੰਗ ਆ, ਸ਼ੀਸ਼ਾ ਹੀ ਲੱਗਦਾ ਦੇਖਣ, ਸ਼ੀਸ਼ਾ ਹੀ ਲੱਗਦਾ, ਮੈਂ ਵੀ ਤਾਂ ਹੀ ਪੁੱਛਿਆ, ਇਹਨੀ ਕੀਤੀ ਹੋਈ ਆ, ਠੀਕ ਹੈ ਜੀ। ਇਹਦੀ ਫਿਨਿਸ਼ਿੰਗ ਅਸੀਂ ਇੰਨੀ ਕਰ ਦਿੰਦੇ ਆ ਜੀ ਬਾਈ। ਤੇ ਇਸ ਤੋਂ ਅੱਗੇ ਬਾਈ ਜੇ ਗੱਲ ਕਰੀਏ ਘਰ ਦੇ ਵਿੱਚ ਆਪਾਂ ਐਂਟਰ ਹੋਣ ਤੋਂ ਪਹਿਲਾਂ, ਹਾਂਜੀ, ਜਿਹੜੀਆਂ ਆ ਗਈਆਂ ਚਗਾਠਾਂ, ਚਗਾਠਾਂ ਇਹ 'ਚ ਕਿਹੜੀਆਂ ਬਾਈ ਆਪਾਂ ਯੂਜ਼ ਕੀਤੀਆਂ? ਚਗਾਠਾਂ ਇਹਦੇ ਵਿੱਚ ਆਪਾਂ ਲਾਉਂਦੇ ਹਾਂ JSW ਦਾ ਮਾਲ ਅਤੇ ਟਾਟਾ ਦਾ, ਠੀਕ ਹੈ। ਹਾਂ, ਦੋ ਕੰਪਨੀਆਂ ਦੇ ਲਾਉਂਦੇ ਹਾਂ, ਇਹਦੇ ਵਿੱਚ ਸਾਨੂੰ ਭਰੋਸਾ ਜ਼ਿਆਦਾ ਰਹਿੰਦਾ, 120 ਨੰਬਰ ਹੁੰਦਾ ਵਾ, 1.2 mm ਦੀ ਥਿਕਨੈਸ ਹੁੰਦੀ ਹੈ, ਠੀਕ ਹੈ ਜੀ। ਬਾਈ ਹੁਣ ਇੱਥੋਂ ਨਾ ਸਾਹਮਣੇ ਦਿਖਾ ਦਈਏ ਇੱਕ ਵਾਰ, ਇਹ ਜੋ ਹਰਸ ਵਗੈਰਾ ਵੈਸੇ ਤਾਂ ਪਿਛਲੇ 3-4 ਸਾਲ ਤੋਂ ਟ੍ਰੈਂਡਿੰਗ 'ਚ, ਪਰ ਹੁਣ ਮੈਂ ਕਹਿੰਦਾ ਵੀ ਕੋਈ ਕੋਠੀ ਇਹੋ ਜਿਹੀ ਹੋਣੀ ਨਹੀਂ ਜੀਜਾ ਹੱਟ ਆਪਾਂ ਨੂੰ ਨਾਲ ਵਾਲੇ ਦੇਖਣ ਨੂੰ। ਬਿਲਕੁਲ, ਇਹ ਤੇ ਵੀ ਆਪਾਂ ਸਾਰਾ ਵਰਕ ਵੀ ਜਿਹੜਾ ਕੀਤਾ ਹੋਇਆ ਤੁਸੀਂ ਆਪ ਕੀਤਾ ਹੋਇਆ ਸਾਰਾ? ਹਾਂਜੀ, ਅਸੀਂ ਆਪ ਕੀਤਾ ਵਾ। ਇਹਦੇ ਅੰਦਰ ਲੋਹੇ ਦਾ ਫਰੇਮ ਹੁੰਦਾ, ਉੱਪਰ ਦੇ ਸ਼ਿੰਗਲ ਤੋਂ ਲਾ ਕੇ ਆਉਂਦੇ ਆ, ਠੀਕ ਹੈ। ਪਾਸੇ ਉਹੀ HPL ਸ਼ੀਟ ਆ ਗਈ ਜਿਹੜੀ ਗੇਟ ਦੀ ਆ, ਸੇਮ ਡਿਜ਼ਾਈਨ ਇਹਦੇ ਵਿੱਚ, ਠੀਕ ਹੈ, ਬਿਲਕੁਲ ਨਾਲ ਮੈਚਿੰਗ ਕਰ ਦਈਦੀ ਆ, ਤੇ ਪੂਰਾ ਹੈਵੀ ਫਰੇਮ ਹੁੰਦਾ ਵਾ, ਤੇ ਪੂਰਾ ਵਧੀਆ ਇਹ ਲੱਗਦਾ, ਕੋਈ ਇਹਦੀ ਲੀਕਿੰਗ ਦੀ ਕੋਈ ਪ੍ਰੋਬਲਮ ਨਹੀਂ, ਕੋਈ ਪਾਣੀ ਵਗੈਰਾ ਦੀ, ਮਤਲਬ ਜੇ ਉੱਪਰ ਆਪਾਂ ਦੇਖ ਰਹੇ ਜਿਵੇਂ, ਹਾਂਜੀ, ਉੱਥੇ ਵੀ ਕੰਕਰੀਟ ਦੀ ਛੱਤ ਪਈ ਹੈ ਕਿ ਲੋੜ ਹੀ ਨਹੀਂ? ਛੱਤ ਲੋੜ ਨਹੀਂ ਹੈਗੀ, ਇਹ ਤਾਂ ਛੱਤਾਂ ਨਹੀਂ ਪਈਆਂ, ਸਾਰਾ ਆਪਣਾ ਆਪਦਾ ਹੀ ਬਣਾਇਆ ਹੋਇਆ, ਕੰਕਰੀਟ ਦੀ ਛੱਤੀ ਲੋੜ ਨਹੀਂ ਹੈਗੀ, ਵਿੱਚ ਲੋਹੇ ਦੀ ਫਰੇਮਿੰਗ ਆ, ਠੀਕ ਹੈ, ਲੋਹੇ ਦੀ ਫਰੇਮਿੰਗ ਆ, ਉੱਪਰਲੇ ਪਾਸੇ ਸ਼ੀਟਾਂ ਵਾ, ਥੱਲੜੇ ਪਾਸੇ HPL ਲੱਗ ਗਈ, ਮਤਲਬ ਵਾਟਰਪਰੂਫ ਪੂਰਾ ਸਿਸਟਮ, ਕੋਈ ਚੱਕਰ ਨਹੀਂ ਕੀਤਾ ਹੋਇਆ, ਪੂਰਾ ਵਧੀਆ ਕੀਤਾ ਹੋਇਆ। ਇਧਰੋਂ ਬਈ ਗ੍ਰਿਲ ਦੇਖ ਰਿਹਾ ਮੈਂ, ਗ੍ਰਿਲ ਵੀ ਫਿਰ ਆਪਾਂ ਕੰਮ ਕੀਤਾ? ਹਾਂ, ਇਹ ਗ੍ਰਿਲ ਵੀ ਆ, ਜੰਗਲੇ ਬਣਾਉਂਦੇ ਆਪਾਂ, ਰੈਲਿੰਗ ਹੋ ਗਿਆ, ਤੇ ਇਹ ਆਪਣਾ ਕਲਾਸੀਕਲ ਡਿਜ਼ਾਈਨ, ਕਲਾਸੀਕਲ ਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਆ, ਠੀਕ ਹੈ ਜੀ। ਤੇ ਆਮ ਤੌਰ ਤੇ ਸਿੱਧੇ ਪਾਈਪਾਂ ਵਾਲਾ ਜ਼ਿਆਦਾ ਚੱਲਦਾ ਸੀ, ਜਿਹੜੀਆਂ ਮਾਡਰਨ ਹੁੰਦੀਆਂ ਕੋਠੀਆਂ ਹਨਾ, ਮਾਡਰਨ ਦੇ ਵਿੱਚ
ਜਾਂ ਸੈਮੀ ਮਾਡਰਨ 'ਚ, ਪਰ ਇਹ ਕਲਾਸੀਕਲ ਆ, ਇਹਨਾਂ ਨੇ ਡਿਜ਼ਾਇਨ ਇੱਦਾਂ ਦਾ ਕਢਵਾਇਆ ਸੀਗਾ, ਉਸ ਹਿਸਾਬ ਦੇ ਬਣਾ ਕੇ ਦਿੱਤਾ ਜੀ। ਅਤੇ ਬਾਈ ਅੰਦਰ ਚੱਲੀਏ ਜੀ, ਇੱਕ ਵਾਰ ਦਰਸ਼ਕਾਂ ਨੂੰ ਕੋਠੀ ਵੀ ਦਿਖਾ ਦੀ ਨਾਲ ਨਾਲ, ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ। ਅਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਲੌਬੀ ਦੇ ਵਿੱਚ ਦੋਸਤੋ, ਜਿਵੇਂ ਬਾਹਰੋਂ ਨਾ ਬਹੁਤ ਸੋਹਣੀ ਕੋਠੀ ਬਣੀ, ਜਿਵੇਂ ਹੱਟ ਵਗੈਰਾ ਬਣਾਈਆਂ ਨਾ, ਉਹਦੇ ਨਾਲ ਥੋੜ੍ਹੀ ਲੁੱਕ ਬਹੁਤ ਜ਼ਿਆਦਾ ਜ਼ਬਰਦਸਤ ਆਉਂਦੀ ਹੈ। ਉਹ ਉਹਦੇ ਨਾਲ ਦੇਖਣ ਨੂੰ ਲੱਗਦਾ ਵੀ ਵੱਡੀ ਬਹੁਤ ਹੋਊਗੀ, ਪਰ ਇਹ ਹੈ ਬਹੁਤ ਕੰਜਸਟਰ, ਛੋਟੀ ਹੋਈ ਆ, ਠੀਕ ਹੈ ਨਾ, ਇਹ ਕੋਈ ਜ਼ਿਆਦਾ ਬਜਟ ਦੀ ਨਹੀਂ, ਲੋਅ ਬਜਟ ਦੀ ਹੋਈ ਆ, ਠੀਕ ਹੈ, ਇੱਕ ਆਮ ਛੋਟੇ ਪਰਿਵਾਰ ਨੂੰ ਹੈ ਨਾ ਰਹਿਣ ਵਾਸਤੇ ਬਹੁਤ ਵਧੀਆ, ਛੋਟੇ ਪਰਿਵਾਰ ਲਈ ਬਹੁਤ ਵਧੀਆ ਨਕਸ਼ਾ, ਬਹੁਤ ਵਧੀਆ ਨਕਸ਼ਾ। ਜੇ ਦੇਖੀਏ ਇੱਧਰ ਇੱਕ ਰੂਮ ਆ ਗਿਆ, ਅਤੇ ਇੱਧਰ ਆਪਾਂ ਜੇ ਕਹਿ ਦਈਏ ਓਪਨ ਵੈਨਿਟੀ ਆ ਗਈ, ਬਿਲਕੁਲ, ਅਤੇ ਵਾਸ਼ਰੂਮ ਆ ਗਿਆ, ਹਾਂਜੀ, ਅਤੇ ਇੱਧਰ ਆ ਗਿਆ ਆਪਣਾ ਡਰਾਇੰਗ ਰੂਮ, ਡਰਾਇੰਗ ਰੂਮ ਆ ਗਿਆ, ਹਾਂਜੀ ਜੀ, ਅਤੇ ਲੌਬੀ ਸਾਰੀ ਓਪਨ ਦੇ ਵਿੱਚ ਆ ਗਈ, ਹਾਂਜੀ, ਠੀਕ ਹੈ ਜੀ। ਬਈ ਜੇ ਹੁਣ ਗੱਲ ਕਰੀਏ ਪੌੜੀਆਂ ਦੀ, ਇਹ ਰੇਲਿੰਗ ਵੀ ਆਪਾਂ ਸਾਰੀ ਕੀਤੀ, ਹਾਂਜੀ ਹਾਂਜੀ, ਆਪਣੀ ਰੇਲਿੰਗ ਲਾਈ ਹੋਈ ਆ, ਆਪਾਂ ਗਲਾਸ ਰੇਲਿੰਗ ਵੀ ਲਾਉਂਦੇ ਹਾਂ, ਠੀਕ ਹੈ, ਇਹ ਆਪਣੇ ਆਪ ਪਾਈਪਾਂ ਵਾਲੀ ਵੀ ਹੋ ਜਾਂਦੀ ਆ, ਇਹ ਜਿਹੜੀ ਸਸਤੀ ਪੈਂਦੀ ਆ, ਅਤੇ ਇੱਕ ਆਮ ਜਿਹੜੇ ਪਰਿਵਾਰ ਨੇ ਘੱਟ ਬਜਟ ਆ, ਹੈ ਨਾ, ਵਧੀਆ ਕੋਠੀ ਬਣਾਉਣੀ ਹੈ, ਇਹ ਵਧੀਆ ਰਹਿੰਦਾ, ਠੀਕ ਰਹਿੰਦਾ, ਵਧੀਆ ਸਸਤਾ ਹੀ ਹੈ ਇਹ, ਠੀਕ ਹੈ ਜੀ, ਉੱਪਰ ਤੱਕ ਜਾਂਦੀ ਹੈ ਰੇਲਿੰਗ ਜੀ, ਹਾਂਜੀ। ਲਓ ਵੀ ਦੋਸਤੋ, ਹੁਣ ਆ ਗਏ ਆਪਾਂ ਫਸਟ ਫਲੋਰ 'ਤੇ, ਇੱਥੇ ਮਤਲਬ ਤਿੰਨ ਰੂਮ ਆ ਗਏ, ਹੈ ਨਾ ਬਈ, ਹਾਂ ਤਿੰਨ ਆ ਗਏ, ਹਾਂ ਤਿੰਨ ਰੂਮ ਆ ਗਏ, ਤਿੰਨ ਰੂਮ ਆ ਗਏ, ਪਲਾਨ ਬਹੁਤ ਸੋਹਣਾ ਬਣਿਆ ਹੋਇਆ, ਹਾਂਜੀ ਹਾਂਜੀ, ਇੱਥੇ ਅੰਦਰ ਵੀ ਬਈ ਕੋਈ ਕੰਮ ਕੀਤਾ ਆਪਾਂ ਹੋਰ? ਇੱਥੇ ਨਹੀਂ, ਇੱਥੇ ਅੰਦਰ ਨਹੀਂ ਹੈਗਾ, ਉੱਪਰ ਆਪਣਾ ਉੱਪਰ ਆਪਾਂ ਹੱਟ ਜਿਹਾ ਕੀਤਾ, ਹੱਟ ਦਾ ਟੌਪ 'ਤੇ ਕੰਮ ਹੋਇਆ ਹੋਇਆ, ਉਹ ਦਿਖਾਈਏ ਫਿਰ ਆਪਾਂ ਉੱਪਰ ਦੇਖਦੇ ਹਾਂ ਜੀ, ਉੱਪਰ ਆ ਜੀ। ਸਟੀਲ ਅਤੇ ਲੋਹੇ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਸ਼ਿੰਗਲ ਜਿਹਾ, ਅੱਜ ਕੱਲ੍ਹ ਬਹੁਤ ਟ੍ਰੈਂਡਿੰਗ ਦੇ ਵਿੱਚ, ਇਹ ਸਾਰਾ ਆਪਾਂ ਸਟਰਕਚਰ ਤਿਆਰ, ਹਾਂਜੀ ਆਪਾਂ ਤਿਆਰ ਕੀਤਾ ਜੀ, ਥੱਲੇ ਲੋਹੇ ਦੀ ਫਰੇਮਿੰਗ ਹੋਈ ਹੋਈ ਆ, ਠੀਕ ਹੈ ਜੀ, ਇੱਥੇ ਆਪਾਂ ਨੂੰ ਥੱਲੇ ਐਸਪੀਐਲ ਸ਼ੀਟ ਲਾਉਣ ਦੀ ਲੋੜ ਨਹੀਂ ਕਿਹੜਾ ਦੇਖਣਾ ਹੁੰਦਾ, ਠੀਕ ਹੈ, ਆਪਾਂ ਬਚਤ ਕਰ ਦਿੰਦੇ ਹਾਂ, ਮਤਲਬ ਆਪਾਂ ਕਹਿ ਦਈਏ ਕੋਸਟ ਵੀ ਬਚਾਈ ਹੋਈ ਹੈ, ਕੋਸਟ ਵੀ ਬਚਾਈ ਹੋਈ ਹੈ, ਬਿਲਕੁਲ, ਹਾਂ ਇੱਥੋਂ ਕਿਹਨੇ ਦੇਖਣਾ ਹੁੰਦਾ, ਮੂਰੇ ਮੂਰੇ ਜਿੱਥੇ ਦਿਖਾਈ ਦੇਣਾ ਉੱਥੇ ਆਪਾਂ ਐਚਪੀਐਲ ਸ਼ੀਟ ਲਾ ਕੇ ਉਹਨੂੰ ਕਰ ਦਈਦਾ, ਉਹ ਖਰਚਾ ਥੱਲੇ ਕਾਫੀ ਆ ਜਾਂਦਾ, ਜਿੰਨਾ ਆਪਾਂ ਆਪਣੀ ਕੋਸ਼ਿਸ਼ ਦੇ ਵਿੱਚ ਜਿੰਨਾ ਅਗਲੇ ਦਾ ਖਰਚਾ ਬਚ ਜੇ ਤਾਂ ਉਹ ਬਚਾਉਣ ਦੀ ਕੋਸ਼ਿਸ਼ ਕਰੀਦਾ, ਠੀਕ ਹੈ ਜੀ। ਬਈ ਜੇ ਗੱਲ ਕਰੀਏ ਸ਼ਿੰਗਲ ਦੀ, ਕਿੰਨੀ ਕੁ ਲਾਈਫ ਰਹਿੰਦੀ ਇਹਨਾਂ ਦੀ? ਜਿਹੜੇ ਲਾਈਫ ਇਹਨਾਂ ਦੀ ਜੀ ਬਹੁਤ ਜ਼ਿਆਦਾ ਵਾ, ਦੇਖੋ ਕਿ ਕਿੱਥੋਂ ਆਪਾਂ ਇਹ ਮੰਗਵਾਉਣੇ ਆ, ਇਹ ਜੋ ਸਿੰਗਲਸ ਆ ਇਹ ਨਾ ਕੋਰੀਅਨ ਸਿੰਗਲਸ ਆ, ਹਾਂ, ਮਟੀਰੀਅਲ ਆਪਣਾ ਲੁਧਿਆਣੇ ਆਉਂਦਾ, ਉਹ ਬੰਦੇ ਸਿੱਧਾ ਕੋਰੀਆ ਤੋਂ ਇੰਪੋਰਟ ਕਰਦੇ ਆ, ਹਾਂ, ਉਹ ਜ਼ਿਆਦਾਤਰ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਕਾਪੀ ਬਹੁਤ ਆ ਗਈ, ਕਾਪੀ ਬਹੁਤ ਆ ਗਈ ਆ, ਬਹੁਤ ਲੋਕਲ ਬਣ ਲੱਗ ਗਿਆ, ਲੋਕਾਂ ਨੂੰ ਪਤਾ ਨਹੀਂ ਲੱਗਦਾ, ਦੇਖਣ ਨੂੰ ਇੱਦਾਂ ਦੀ ਹੁੰਦੇ ਆ, ਪਰ ਜਿਹੜੇ ਕੋਲ ਜੀ ਕੋਟਿੰਗ ਹੋਈ ਹੋਈ ਆ, ਇਹ ਕੋਟਿੰਗ ਨਾ ਸਟੋਨ ਕੋਟਿੰਗ ਆ, ਠੀਕ ਹੈ ਜੀ, ਠੀਕ ਹੈ ਨਾ, ਇਹ ਕੋਈ ਇੱਦਾਂ ਨਹੀਂ ਹੈਗਾ, ਇਹ ਸਟੋਨ, ਇਹ ਨੈਚੰਰਲ ਸਟੋਨ ਹੁੰਦੇ ਆ, ਉਹਦੀ ਕੋਟਿੰਗ ਆ, ਇਹ ਆਮ ਤੌਰ ਦੇ ਉੱਤੇ ਵੈਸੇ ਕੋਟਿੰਗ ਕਰਕੇ ਤੇ ਪੇਂਟ ਮਾਰ ਦਿੰਦੇ। ਕਿੰਨਾ ਟਾਈਮ ਹੋ ਗਿਆ ਵੀ ਇਹ ਤੇ ਕੰਮ ਹੋਏ ਨੂੰ? ਇਹ ਤੇ ਕੰਮ ਹੋਏ ਨੂੰ ਹੋ ਗਏ 3-4 ਸਾਲ ਹੋ ਗਏ ਆ। ਤੁਸੀਂ ਇਹ ਵੀ ਇੱਕ ਚੀਜ਼ ਦੋਸਤੋ ਨੋਟ ਕਰ ਸਕਦੇ ਹੋ ਵੀ 3 ਸਾਲ ਪਹਿਲਾਂ ਬਾਈ ਨੇ ਕੰਮ ਕੀਤਾਗਾ, ਉਵੇਂ ਦੀ ਤਾਂ ਉਵੇਂ ਪਿਆ, ਉਵੇਂ ਪਿਆ, ਤੇ ਨਾ ਪਮੀਨਾ ਫਰਕ ਨਹੀਂ, ਇਹਨੂੰ ਕੋਈ ਇਹ ਵੀ, ਹਾਂ ਦੇਖ ਲਓ ਕੋਈ ਇਹਨੂੰ ਸਾਫ਼ ਨਹੀਂ ਕੀਤਾ ਹੋਣਾ ਇਹਨਾਂ ਨੇ, ਬਾਰਿਸ਼ ਆਈ ਸਾਫ਼ ਹੋ ਜੂਗਾ ਬਸ, ਬਿਲਕੁਲ, ਠੀਕ ਹੈ ਨਾ, ਹਾਂ ਇਦਾਂ ਹੀ, ਪਰ ਮੇਨ ਗੱਲ ਹੁੰਦੀ ਵੀ ਰੰਗ ਰੁੰਗ ਨਹੀਂ ਕੋਈ ਫੇਟ ਕੀਤਾ, ਰੰਗ ਰੁੰਗ ਨਹੀਂ, ਬਿਲਕੁਲ ਖਰਾਬ ਹੁੰਦਾ, ਰੰਗ ਦੀ ਤਾਂ ਪੂਰੀ ਗਾਰੰਟੀ ਹੈ, ਰੰਗ ਨਹੀਂ ਤਾਂ ਖਰਾਬ ਹੁੰਦਾ। ਤੇ ਕੋਈ ਮੀਨ ਏਰੀ ਦਾ ਤੁਸੀਂ ਦੇਖੋ ਹੁਣ 3 ਸਾਲਾਂ ਚ ਤਾਂ ਦੇਖੋ ਤਾਂ ਖਰਾਬ ਹੋਵੇ ਵੀ, ਜੇ ਤੇ ਰੰਗ ਕੀਤਾ ਹੋਵੇ, ਬਿਲਕੁਲ, ਹਾਂ ਨੈਚੁਰਲ ਸਟੋਨ, ਉਹ ਸਟੋਨ ਦਾ ਕਲਰ ਹੀ ਇਹ ਹੈ, ਕਲਰ ਹੀ, ਹਾਂ ਕਲਰ ਹੀ, ਦੋ ਕਲਰ ਮਿਕਸ ਆ, ਬਲੈਕ ਤੇ ਆਪਣਾ ਮਹਿਰੂਨ, ਠੀਕ ਹੈ ਬਾਈ ਜੀ, ਹਾਂ ਇਸ ਕਰਕੇ ਫੇਟ ਨਹੀਂ ਤਾਂ ਇਸੇ ਕਰਕੇ ਨਹੀਂ। ਤੇ ਬਾਈ ਕਿਸੇ ਵੀ ਤਰ੍ਹਾਂ ਦੀ ਝੋਪੜੀ ਆਪਾਂ ਜਿਵੇਂ ਉੱਪਰ ਬਣਾਉਣੀ ਆ, ਹਾਂ ਉੱਪਰ ਪਿਰਾਮਿਡ ਟਾਈਪ, ਉਹ ਪਿਰਾਮਿਡ ਆ ਜਾਂਦੀ ਆ, ਠੀਕ ਹੈ ਨਾ, ਇਹ ਆਪਣੀ ਹੱਟ ਆ ਗਈ, ਠੀਕ ਹੈ, ਹਾਂ ਦੋ ਤਰ੍ਹਾਂ ਦੀ ਹੁੰਦੀ ਆ, ਇਹ ਜਿਹੜੀ ਹੱਟ ਹੁੰਦੀ ਆ, ਹੱਟ ਟਾਈਪ ਹੁੰਦੀ ਆ, ਇਹ ਆਪਣੀ ਬਾਲਕੋਨੀ ਉੱਪਰ ਲੱਗੂ, ਫਰੰਟ ਤੇ ਲੱਗੂਗੀ ਜਾਂ ਆਪਣੀ ਖਿੜਕੀਆਂ ਉੱਤੇ, ਠੀਕ ਹੈ ਬਸ, ਹੈ ਨਾ, ਵੀ ਵੱਧ ਆਰਕੀਟੈਕਟ ਨੇ ਜੋ ਡਿਜ਼ਾਈਨ ਦਿੱਤਾ ਉਹ ਚੀਜ਼ ਬਣਾ ਦਊਗਾ, ਉਹ ਚੀਜ਼ ਬਣਾ ਦਿੰਦੇ ਆ, ਹਾਂ ਬਿਲਕੁਲ, ਠੀਕ ਹੈ ਬਾਈ ਜੀ। ਤੇ ਇਹਦੀ ਬਈ ਉਹ ਗਾਰੰਟੀ ਕੀ ਲੈਂਦੇ ਆਪਾਂ ਇਹ ਚੀਜ਼ ਦੀ, ਜਿਹੜਾ ਸਾਰਾ ਸਟਰਕਚਰ ਆਪਣਾ ਸਟਰਕਚਰ ਦੀ, ਦੇਖੋ ਇਹ ਤਾਂ ਗਾਰੰਟੀ ਫੁੱਲ ਹੀ ਹੈ, ਲਾਈਫ ਟਾਈਮ ਹੀ ਹੈ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਪਰ ਜਿਵੇਂ ਕੰਪਨੀ ਸਾਨੂੰ ਕਹਿੰਦੀ ਤੁਸੀਂ 5 ਮਤਲਬ 25 ਸਾਲ ਦੀ ਇਹਦੀ ਸੀਟ ਦੀ ਗਾਰੰਟੀ ਦਿਓ, ਲੋਹੇ ਨੂੰ ਤਾਂ ਹੁੰਦਾ ਹੀ ਕੀ ਹੈ, ਲੋਹੇ ਨੂੰ ਹੋਣੀ ਕੀ ਹੈ, ਨਾਲੇ ਅੰਦਰ ਆ ਗਿਆ ਜੀ, ਹਾਂ ਨਾ ਉਹ ਪਾਣੀ ਲੱਗਣਾ ਨਾ ਕੁਛ ਹੋਣਾ, ਠੀਕ ਹੈ, ਇੱਕ ਵਾਰੀ ਪ੍ਰਾਈਮਰ ਮਾਰ ਦੋ ਬਸ, ਮੁੜ ਕੇ ਕਦੇ ਲਾਈਫ ਜ਼ਰੂਰੀ ਨਹੀਂ ਕੁਛ ਕਰਨ ਲਈ, ਠੀਕ ਹੈ ਬਾਈ ਜੀ। ਜਿਵੇਂ ਆਪਾਂ ਸਾਰੇ ਗੇਟ ਲਾਉਣੇ ਆ, ਤੇ ਰਿਮੋਟ ਵਾਲਾ ਖਾਸ ਕਰਕੇ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ, ਬਿਲਕੁਲ ਜੀ, ਉਹ ਵੀ ਹਰ ਤਰ੍ਹਾਂ ਦੇ ਲਾਉਣੇ ਆ ਬਈ, ਹਰ ਤਰ੍ਹਾਂ ਦੇ ਲਾਉਣੇ, ਸਲਾਈਡਿੰਗ ਵੀ ਲਾਉਣੇ ਆ, ਸਵਿੰਗ ਵੀ ਲਾਉਣੇ, ਜਿਹੜੇ ਦੋ ਖੁੱਲਦੇ ਆ, ਦੋ, ਹਾਂ ਉਹ ਸਵਿੰਗ ਹੋ ਜਾਂਦਾ, ਹਾਂ ਇਹ ਸਲਾਈਡਿੰਗ ਹੋ ਜਾਂਦਾ, ਠੀਕ ਹੈ ਜੀ। ਉਹਦੀਆਂ ਵੀ ਆਪਾਂ ਫੋਟੋ ਲਾਵਾਂ ਬਈ, ਇਹਨੂੰ ਖੋਲੋ ਇੱਕ ਵਾਰ, ਹਾਂ ਆ ਦੇਖ, ਤੇ ਠੀਕ ਹੈ ਜੀ। ਇਹ ਬਈ ਮੋਬਾਈਲ ਤੋਂ ਵੀ ਆਪਰੇਟ ਹੋ ਜਾਂਦਾ ਕਲਰ? ਮੋਬਾਈਲ ਤੋਂ ਵੀ ਹੁੰਦਾ, ਵਾਈਫਾਈ ਡਿਵਾਈਸ ਲੱਗਿਆ ਹੁੰਦਾ,
ਤੁਸੀਂ ਦੁਨੀਆਂ ਦੇ ਕਿਸੇ ਵੀ ਪਾਸੇ ਤੋਂ ਖੋਲ ਸਕਦੇ ਹਾਂ, ਠੀਕ ਹੈ ਜੀ। ਕੈਨੇਡਾ, ਅਮਰੀਕਾ, ਬੈਠੇ ਸੈਂਸਰ ਬੇਸ ਜੇ ਗੱਲ ਕਰੀਏ, ਹਾਂਜੀ, ਕਈ ਵਾਰ ਕੋਈ ਮੂਹਰੇ ਆ ਜਾਏ ਤਾਂ ਬੰਦ ਹੁੰਦਾ ਤਾਂ ਖੜ ਜਾਂਦਾ ਇਹ? ਹਾਂ, ਆਹ ਦੇਖੋ ਸੈਂਸਰ ਲੱਗੇ ਹੋਏ ਆ, ਇਹ ਦਿਖਾ ਦਿਓ, ਉਹਨੂੰ ਦੋਨੇ ਪਾਸੇ ਲੱਗੇ ਹੋਏ ਆ, ਅਤੇ ਜਿੱਦਾਂ ਆਪਾਂ ਮਤਲਬ ਗੇਟ ਲਾ ਰਹੇ ਹਾਂ, ਹੈ ਨਾ, ਆਹ ਦੇਖੋ ਹੁਣ ਗੇਟ ਲੱਗੂਗਾ, ਤੁਸੀਂ ਇਹਦੇ ਵਿੱਚ ਆ ਜਾਓ, ਇੱਥੇ ਆ ਗਿਆ ਮੂਹਰੇ, ਹਾਂਜੀ ਠੀਕ ਹੈ, ਥੋੜ੍ਹਾ ਜਿਹਾ ਥੱਲੇ ਆ ਜਾ, ਹਾਂਜੀ ਹਾਂਜੀ, ਆ ਖੜ ਕੇ ਗੇਟ ਨੂੰ, ਹਾਂਜੀ, ਪਿੱਛੇ ਚੱਲਣਾ, ਰੁਕਣਾ ਵੀ ਨਹੀਂ, ਇਹਨੇ ਬੈਕ ਚਲਾ ਜਾਣਾ, ਠੀਕ ਹੈ ਜੀ। ਹਾਂ, ਕੋਈ ਵੀ ਚੀਜ਼ ਆਉਂਦੀ ਆ, ਕੋਈ ਵੀ ਚੀਜ਼ ਆਉਂਦੀ ਆ, ਇੱਕ ਚੀਜ਼ ਖਾਸ ਹੁੰਦੀ ਆ, ਹੋਰ ਤਾਂ ਸਟੀਲ ਦਾ ਸਟਰਕਚਰ ਆ ਜਿਹੜਾ ਲੋਹਾ, ਉਹ ਤਾਂ ਆਪਾਂ ਪਤਾ ਜੈਨੂਅਲ ਲਾਉਣੀ ਲਾਉਣੀ, ਬਿਲਕੁਲ ਜੀ, ਹਾਂਜੀ। ਗੱਲ ਹੁੰਦੀ ਮੋਟਰ ਦੀ, ਮੋਟਰ ਕਿਹੜੀ ਕੰਪਨੀ ਦੀ ਲਾਉਣੀ? ਮੋਟਰ ਇਹ ਤਾਈਵਾਨ ਤੋਂ ਮੰਗਾਉਂਦੇ ਆ, ਕੰਪਨੀਆਂ ਚੇਂਜ ਹੁੰਦੀਆਂ ਰਹਿੰਦੀਆਂ, ਠੀਕ ਹੈ, ਤੇ ਤਾਈਵਾਨ ਦੀ ਮੋਟਰ ਹੁੰਦੀ ਆ ਇਹ, ਤੇ ਇਹ ਮਤਲਬ ਆਪਣੇ ਪੂਰੀ ਫੁੱਲ ਵਧੀਆ ਕੁਆਲਿਟੀ ਦੀ ਹੁੰਦੀ ਆ। ਕਿੰਨੀ ਇਹਦੀ ਗਰੰਟੀ ਦਿੰਦੇ ਆ ਬਈ ਆਪਾਂ? ਗਰੰਟੀ ਦੇਖੋ, ਕੰਪਨੀ ਦਾ ਵੈਸੇ ਗਰੰਟੀ ਇਹਨਾਂ ਚੀਜ਼ਾਂ ਦੀ ਆਉਂਦੀ ਨਹੀਂ ਕਿਉਂਕਿ ਖਰਾਬ ਨਹੀਂ ਹੁੰਦੀਆਂ, ਫਿਰ ਵੀ ਆਪਾਂ ਇੱਕ ਸਾਲ ਦੀ ਦੇ ਦਿੰਦੇ ਹਾਂ ਵੀ ਹਾਂ ਇੱਕ ਸਾਲ ਦੀ ਗਰੰਟੀ ਦੇ ਦਿੰਦੇ ਹਾਂ, ਪਰ ਇਹ ਖਰਾਬ ਹੋਣ ਵਾਲੀ ਆਈਟਮ ਹੀ ਹੈ ਨਹੀਂ, ਇਹਦੇ ਵਿੱਚ ਕੋਈ ਇਹੋ ਜਿਹਾ ਖਰਾਬ ਹੋਣਾ ਸਿਸਟਮ ਹੀ ਨਹੀਂ ਹੁੰਦਾ ਇੱਦਾਂ ਦਾ, ਠੀਕ ਹੈ ਬਈ। ਇੱਕ ਸਟਰਕਚਰ ਦੀ ਜੇ ਗੱਲ ਕਰੀਏ, ਆਹੀ ਗੇਟ, ਗੇਟ ਦੀ, ਹਾਂਜੀ, ਕੀ ਕੋਸਟ ਪਊਗਾ ਜਿਹੜਾ ਇਹ ਗੇਟ ਆ? ਇਹ ਗੇਟ ਮਤਲਬ ਪੂਰਾ ਸਿਸਟਮ ਸਾਰਾ ਲੱਗ ਕੇ ਤਕਰੀਬਨ 1,80,000 ਦਾ ਤਿਆਰ ਹੋਇਆ ਸੀਗਾ ਉਸ ਟਾਈਮ, ਠੀਕ ਹੈ, ਤੇ ਅੱਜ ਵੀ ਇਹੀ ਰੇਂਜ ਦੀ ਤਾਂ ਤਿਆਰ ਹੋਊਗਾ, ਠੀਕ ਹੈ, ਸਾਰਾ ਉਹਦੇ ਵਿੱਚ ਆਪਾਂ ਲਾ ਕੇ ਇਹ ਮਤਲਬ 12 ਫੁੱਟ ਚੌੜਾ ਹੋਊਗਾ, 7 ਫੁੱਟ ਉੱਚਾ ਹੋਊਗਾ, ਠੀਕ ਹੈ ਬਾਈ। ਹਾਂ, ਵਿੱਚ ਇਹਦੇ ਟਫਨ ਗਲਾਸ ਲੱਗਿਆ ਹੋਇਆ, ਲੇਜ਼ਰ ਕਟਿੰਗ ਲੱਗੀ ਹੋਈ ਆ ਉਹਦੇ ਵਿੱਚ, ਉਹਦੇ ਪਿਛਲੇ ਪਾਸੇ ਪੋਲੀਕਾਰਬੋਨੇਟ ਸ਼ੀਟ ਲੱਗੀ ਹੋਈ ਆ, HPL ਸ਼ੀਟ ਲੱਗੀ ਹੋਈ ਆ, ਸਟੇਨਲੈਸ ਸ਼ੀਟ ਲੱਗੀ ਹੋਈ ਆ, ਹਰ ਚੀਜ਼ ਨੂੰ ਅਸੀਂ ਯੂਜ਼ ਕੀਤਾ ਹੋਇਆ ਗੇਟ ਦੇ ਵਿੱਚ, ਠੀਕ ਹੈ। ਹਾਂ, ਡਿਜ਼ਾਈਨ ਵਗੈਰਾ ਵੀ ਅਸੀਂ ਸਾਰੇ ਅਸੀਂ ਆਪ ਹੀ ਤਿਆਰ ਕਰਦੇ ਹਾਂ, ਕੋਈ ਨੈੱਟ ਤੋਂ ਦੇਖ ਕੇ ਨਹੀਂ, ਕੋਈ ਆਰਕੀਟੈਕਚਰ ਦਾ ਨਹੀਂ, ਠੀਕ, ਜੇ ਆਰਕੀਟੈਕਚਰ ਦਵੇ ਸੇਮ ਬਣਾ ਦਈਦਾ, ਪਰ ਜਗਲਾ ਕਹੋ ਵੀ ਤੁਸੀਂ ਆਪਦੇ ਹਿਸਾਬ ਨਾਲ ਬਣਾਓ, ਫਿਰ ਅਸੀਂ ਸਾਰਾ ਆਪਦਾ ਹੀ ਡਿਜ਼ਾਈਨ ਕਰਦੇ, ਠੀਕ ਹੈ। ਦੋਸਤੋ, ਹੁਣ ਆਪਾਂ ਦੂਜੀ ਲੋਕੇਸ਼ਨ 'ਤੇ ਆ ਚੁੱਕੇ ਹਾਂ ਜਿੱਥੇ ਬਾਈ ਹੋਰਾਂ ਨੇ ਸਾਰਾ ਕੰਮ ਕੀਤਾ ਹੋਇਆ ਹੈਗਾ, ਅਤੇ ਜਿਹੜਾ ਕੰਮ ਹੈ ਉਸ ਨੂੰ ਕੁਆਲਿਟੀ ਦਿਖਾਵਾਂਗੇ, ਕੀ ਚੀਜ਼ਾਂ ਜਿਹੜੀਆਂ ਵੱਖਰੇ ਤਰੀਕੇ ਨਾਲ ਕਰੀਆਂ, ਅਤੇ ਸਫਾਈ ਕੀ ਆ, ਅਤੇ ਸਭ ਤੋਂ ਵੱਡੀ ਗੱਲ ਜਿਹਨਾਂ ਦੀ ਇਹ ਕੋਠੀ ਬਣ ਰਹੀ ਆ ਉਹਨਾਂ ਤੋਂ ਰਿਵਿਊ ਵੀ ਲਵਾਂਗੇ ਵੀ ਬਾਈ ਹੋਰਾਂ ਨੇ ਕੰਮ ਕਿਵੇਂ ਕੀਤਾ ਹੈਗਾ। ਹਾਂਜੀ ਬਾਈ, ਜੇ ਗੱਲ ਕਰੀਏ ਪਹਿਲਾਂ ਇੱਧਰ ਆ ਗਿਆ ਆਪਣਾ, ਹੈ ਨਾ, ਹਟਸ। ਹਾਂ, ਇੱਥੇ ਇਹ ਮਤਲਬ ਆਪਣੇ ਜਿਹੜੇ ਹਟਸ ਲੱਗੇ ਆ, ਸ਼ਿੰਗਲ ਲੱਗੇ ਆ ਪੂਰੇ ਆਪਣੇ, ਜਿਵੇਂ ਬਾਦਰਾ ਲਾਉਂਦੇ, ਜੰਗਲਾਂ ਨਹੀਂ ਲਾਉਂਦੇ, ਜੰਗਲੀ ਜਗ੍ਹਾ ਜਗ੍ਹਾ 'ਤੇ ਲੱਗ ਜਾਂਦਾ, ਹੈ ਨਾ, ਇਹ ਚੀਜ਼ ਦਾ ਵੀ ਕਾਫੀ ਟ੍ਰੈਂਡ ਆ ਕਿ ਕੋਠੀ 'ਚ ਇਹੀ ਲੱਗਦਾ, ਬਾਦਰੇ ਜੰਗਲੀ ਜਗ੍ਹਾ 'ਤੇ ਵੀ ਲੱਗਦਾ, ਠੀਕ ਹੈ, ਬਾਹਰਲਾ ਜੰਗਲ ਵੀ, ਹਾਂ ਬਾਹਰਲਾ, ਹਾਂ ਜਿਵੇਂ ਫੈਂਸਿੰਗ ਹੋ ਜਾਂਦੀ ਹੈ, ਹੈ ਨਾ, ਇਹ ਵੀ ਹੋ ਜਾਂਦਾ ਸਾਰਾ, ਸੂਈ ਵਾਲੇ ਜੰਗਲ ਲਾ ਦਈਦੇ ਆ, ਠੀਕ ਹੈ ਜੀ। ਬਾਈ, ਮੇਨ ਗੇਟ ਤਾਂ ਆਪਾਂ ਦੇਖ ਲਿਆ ਸੀਗਾ ਵੀ ਜਿਹੜਾ ਰਿਮੋਟ ਤੋਂ ਆਪਰੇਟ ਹੁੰਦਾ ਹੈਗਾ, ਹਾਂਜੀ, ਤੇ ਜਿਹੜਾ ਇਹ ਸ਼ਟਰ ਆ ਗਿਆ ਜਿਵੇਂ ਗੱਡੀ ਖੜਾਉਣ ਨੂੰ, ਹਾਂਜੀ, ਇਹ ਚੀਜ਼ਾਂ ਵੀ ਆਪਾਂ ਕਵਰ ਕਰਦੇ ਹਾਂ, ਸ਼ਟਰ ਵੀ, ਇਹ ਸ਼ਟਰ ਵੀ ਰਿਮੋਟ 'ਤੇ ਹੀ ਆ, ਠੀਕ ਹੈ, ਰਿਮੋਟ ਵਾਲੇ ਸ਼ਟਰ ਲਵਾਉਣੇ ਹੋਣ ਅਤੇ ਗਰਾਜ ਵਾਸਤੇ ਗੱਡੀਆਂ ਖੜਾਉਣੀਆਂ ਉਹ ਵੀ ਲਾਉਂਦੇ ਆ, ਉਹ ਕੰਮ ਵੀ ਆਪਾਂ ਕਰ ਰਹੇ ਹਾਂ, ਮਤਲਬ ਮੋਟਰ ਤਾਂ ਜਿੱਥੇ ਮਰਜ਼ੀ ਲਵਾਲੀ ਕੋਈ ਵੀ ਚੀਜ਼ ਬੰਦ ਕਰਾਉਣੀ ਆ, ਹਾਂ ਹਾਂ ਹਾਂ, ਉੱਥੇ ਆਪਣਾ ਲੱਗ ਜੂ, ਚਾਹੇ ਸ਼ਟਰ ਚਾਹੇ ਮੇਨ ਗੇਟ, ਆਟੋਮੇਸ਼ਨ ਸਿਸਟਮ ਸਾਰਾ ਲੱਗ ਜਾਂਦਾ, ਠੀਕ ਹੈ ਜੀ। ਬਾਈ, ਜੇ ਗੱਲ ਕਰੀਏ ਇਸ ਤੋਂ ਬਾਅਦ ਇੱਧਰ ਪੌੜੀ ਲੱਗੀ ਆ, ਹਾਂਜੀ, ਤੇ ਅੱਜ ਕੱਲ੍ਹ ਇਹ ਟ੍ਰੈਂਡ 'ਚ ਵੀ ਹੋਵੇ ਕਿਉਂਕਿ ਲੋਕ ਬਾਹਰ ਜਿਹੜੇ ਉੱਪਰ ਲਈ ਲਾਉਂਦੇ ਆ ਬਾਹਰ ਦੀ ਲਾ, ਬਾਹਰ ਦੀ ਲਾ ਦਿੰਦੇ, ਹਾਂ, ਕਿਉਂਕਿ ਵਰਤੋਂ ਘੱਟ ਕਰਨੀ ਹੁੰਦੀ ਹੈ ਇਹਦੀ ਜੀ, ਤੇ ਇਸ ਕਰਕੇ ਬਾਹਰ ਦੀ ਲੋਟ ਰਹਿੰਦੀ ਹੈ ਇਹ, ਤੇ ਇਹਨੂੰ ਬਾਈ ਜਿਵੇਂ ਲੋਹੇ ਦੀ ਆ ਜਾਂਦੀ ਹੈ, ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ, ਕੋਈ ਪ੍ਰੋਬਲਮ ਨਹੀਂ ਹੁੰਦੀ, ਵਧੀਆ ਹੈਵੀ ਲੋਹਾ ਲਾਇਆ ਹੁੰਦਾ, ਚੜ੍ਹਨ ਦੀ ਕੋਈ ਦਿੱਕਤ ਨਹੀਂ ਗੀ, ਕੋਈ ਸਟੈਪ ਬਹੁਤ ਤਕਰੀਬਨ 6 ਇੰਚ 7 ਇੰਚ 'ਤੇ ਸਟੈਪ ਹੁੰਦਾ ਵਾ, ਕੋਈ ਪ੍ਰੋਬਲਮ ਨਹੀਂ ਹੁੰਦੀ। ਆਮ ਤੌਰ 'ਤੇ ਆਪਾਂ ਦੇਖਾਂਗੇ ਹੈਲਦੀਆਂ ਰਹਿੰਦੀਆਂ, ਹੈਲਦੀ ਵੀ ਹੈ ਨਹੀਂ ਕਿ ਬਹੁਤ ਹੈਵੀ ਬਣੀ ਹੋਈ ਆ, ਭਾਵੇਂ ਇੱਕੋ ਵਾਰ 20 ਬੰਦੇ ਵਿਚਾਰ ਜਾਣ, ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ, ਜਿੰਨਾ ਮਰਜ਼ੀ ਭਾਰ ਦੇ ਦਈਏ ਤੇ ਕੋਈ ਇਹਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਇੱਧਰ ਪਿੱਛੇ ਬਈ ਜੰਗਲੇ, ਹਾਂ, ਇਹ ਜੰਗਲੇ ਲੱਗੇ, ਇਹ ਕਲਾਸੀਕਲ ਲੁੱਕ ਦੇ ਵਿੱਚ ਬਣਾਏ ਹੋਏ ਆ, ਤੇ ਇਹ ਸਾਰਾ ਵਿੱਚ ਤੋਂ ਉਹ ਕਾਸਟਿੰਗ ਦਾ ਲੱਗਿਆ ਹੋਇਆ ਵਾ, ਜਿਹਨੂੰ ਆਪਾਂ ਦੇਗੀ ਲੋਹਾ ਕਹਿ ਦਿੰਦੇ ਹਾਂ, ਹੈ ਨਾ, ਇਹ ਕਾਸਟਿੰਗ ਦੇ ਵਿੱਚ ਸਾਰਾ ਲੱਗਿਆ ਹੋਇਆ, ਤੇ ਕਲਾਸੀਕਲ ਦੇ ਵਿੱਚ ਸਭ ਤੋਂ ਵਧੀਆ ਇਹੀ ਟ੍ਰੈਂਡਿੰਗ ਚੱਲ ਰਿਹਾ, ਇਹੀ ਵਧੀਆ ਲੱਗਦਾ ਸਾਰਿਆਂ ਨਾਲੋਂ। ਹੈਵੀ ਕਰਕੇ ਬਾਕੀ ਨੂੰ ਬਣਾਉਣ ਦੀ ਤਕਨੀਕ ਆ, ਤਕਨੀਕ ਦਾ ਹੀ ਫਰਕ ਆ, ਠੀਕ ਆ ਜੀ, ਤਕਨੀਕ ਦਾ ਹੀ ਫਰਕ ਆ, ਸਾਰਾ ਵਿਚਾਲੇ, ਹਾਂ ਹਾਂ, ਬੈਲੈਂਸ ਪਜਾਇਆ ਕੀਤਾ, ਬਾਕੀ ਉਹਨੂੰ ਇਹਦੀ ਫਿਟਿੰਗ ਦਾ ਵੀ ਫਰਕ ਹੈਗਾ, ਠੀਕ ਆ ਜੀ।
ਸਟੈਪ ਵੀ ਬਹੁਤ ਵਧੀਆ ਤਰੀਕੇ ਨਾਲ ਰੱਖਿਆ, ਚੜ੍ਹਨਾ ਵੀ ਬਹੁਤ ਸੌਖਾ ਲੱਗਦਾ। ਹਾਂ, ਕੋਈ ਜ਼ਿਆਦਾ ਇੰਨਾ ਮਹਿਸੂਸ ਨਹੀਂ ਹੁੰਦਾ ਚੜ੍ਹਨ ਨੂੰ, ਹੁਣ ਕੋਈ ਆਪਾਂ ਨੂੰ ਮਹਿਸੂਸ ਨਹੀਂ ਹੋਇਆ, ਹੈ ਨਾ, ਨਹੀਂ ਬੰਦਾ ਇਹਨੂੰ ਦੇਖ ਕੇ ਡਰਦਾ ਹੀ ਰਹਿੰਦਾ। ਬਿਲਕੁਲ ਜੀ, ਵੀ ਚੜ੍ਹਾਂ ਕਿਵੇਂ, ਕਿੱਦਾਂ, ਹੈ ਨਾ, ਕੋਈ ਕਿਸੇ ਦੀ ਗੋਡਿਆਂ ਦੀ ਪ੍ਰੋਬਲਮ ਆ ਕਿਸੇ ਦੀ ਕਿਵੇਂ, ਹੈ ਨਾ ਜੀ। ਬਾਈ ਜਿਵੇਂ ਹੱਟ ਬਣੀਆਂ ਨੇ, ਹਾਂਜੀ, ਤੇ ਇੱਕ ਚੀਜ਼ ਇਹ 'ਚ ਪੁੱਛਣੀ ਰਹਿ ਗਈ ਸੀ, ਆਪਾਂ ਪਹਿਲਾਂ ਉੱਥੇ ਵੀ ਦਿਖਾ ਕੇ ਆਏ ਹਾਂ, ਇਹ 'ਚ ਕਲਰ ਦੀ ਆਪਸ਼ਨ ਜਿਹੜੀ ਮਰਜ਼ੀ ਲੈ ਲਈ ਕਲਰ ਦੀ। ਹਾਂ, ਉਹ ਜਿਹੜੀ ਪਹਿਲਾਂ ਆਪਾਂ ਦਿਖਾਈ ਸੀਗੀ ਉਹ ਮਹਿਰੂਨ ਕਲਰ ਆ, ਇਹ ਗ੍ਰੀਨ ਆ, ਇਹਦੇ ਵਿੱਚ ਗ੍ਰੇ ਕਲਰ ਵੀ ਆਉਂਦਾ ਤੇ ਬਰਾਊਨ ਵੀ ਆਉਂਦਾ, ਚਾਰ ਕਲਰ ਹੁੰਦੇ, ਜ਼ਿਆਦਾ ਨਹੀਂ ਆਉਂਦੇ ਹੈਗੇ, ਉਹ ਚਾਰੇ ਕਲਰ ਹੀ ਸਾਰੇ ਰੰਗਾਂ ਨਾਲ ਮੈਚ ਕਰ ਜਾਂਦੇ ਆ, ਜਿਹੋ ਜਿਹਾ ਮਰਜ਼ੀ ਕੋਠੀ ਨੂੰ ਰੰਗ ਹੋਵੇ ਉਹਨਾਂ ਵਿੱਚ ਹੀ ਮੈਚਿੰਗ ਹੋ ਜਾਂਦੀ ਹੈ। ਤੇ ਥੱਲੇ ਸਾਰਾ ਬਈ ਲੋਹੇ ਦਾ ਫਰੇਮ ਆ, ਸਾਰਾ ਲੋਹੇ ਦਾ ਫਰੇਮ ਬਣਿਆ ਹੋਇਆ ਥੱਲੇ। ਠੀਕ ਹੈ ਜੀ, ਹਾਂਜੀ, ਇੱਕ ਇਹ ਵੀ ਚੀਜ਼ ਹੈ ਨਾ ਵੀ ਜਿਵੇਂ ਪਾਣੀ ਵਾਲੀ ਟੈਂਕੀ ਆ, ਉਹ ਵੀ ਠੰਡੀ ਰਹਿ ਜਾਂਦੀ ਹੈ ਇਹਦੇ ਅੰਦਰ। ਹਾਂ, ਇਹਦੇ ਅੰਦਰ ਟੈਂਕੀ, ਹਾਂ, ਜਿਵੇਂ ਰੱਖਣੀ ਹੈ ਇਹਦੇ ਤਾਂ ਟੈਂਕੀ ਆ, ਹਾਂ, ਉੱਪਰ ਠੰਡੀ ਰਹਿ ਜਾਂਦੀ ਹੈ। ਤੇ ਦੂਸਰਾ ਕੋਈ, ਚਲੋ ਜੇ ਆਪਾਂ ਛੱਤ ਤੇ ਕੋਈ ਊਂ ਵੀ ਸਮਾਨ ਰੱਖਣ ਆਪਣਾ, ਸਟੋਰ ਦਾ ਇਹ ਵੀ ਕੰਮ ਆ, ਸਾਰੇ ਸਟੋਰ ਬਣੇ ਹੋਏ ਇਹਨਾਂ ਦੇ। ਹਾਂ, ਨਾਲੇ ਸਟੋਰ ਦਾ ਕੰਮ ਦੇ ਜਾਂਦੇ ਜੀ। ਤੇ ਜੰਗਲੇ ਤੁਸੀਂ ਦੋਸਤੋ ਆਪਾਂ ਥੱਲੇ ਵੀ ਤੁਹਾਨੂੰ ਦਿਖਾਈ ਸੀਗੀ, ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਨੇ ਕੰਮ ਕੀਤਾ ਹੋਇਆ। ਸਫਾਈ ਦੇਖੋ, ਮਤਲਬ ਜਿਵੇਂ ਪੱਥਰ ਦੀ ਜਾਲੀ ਨਹੀਂ ਹੁੰਦੀ ਜਾਂ ਦੂਜੇ ਕੱਢੇ ਹੁੰਦੇ ਸਾਂਚੇ ਚੋਂ, ਉਵੇਂ ਬਣਾਏ ਪਏ ਬਣਾਈ ਹੋਈ ਹੈ। ਬਿਲਕੁਲ, ਹਾਂ ਜੀ, ਹਜੇ ਤਾਂ ਇਹ ਤਾਂ ਨੋਰਮਲ ਪੇਂਟ ਹੋਇਆ, ਜੇ ਪ੍ਰੋਪਰ ਪੂਰਾ ਵਧੀਆ ਪੇਂਟ ਹੋਊਗਾ ਉਦੋਂ ਬਹੁਤ ਜ਼ਿਆਦਾ ਵਧੀਆ ਲੱਗੂਗੀ, ਹਜੇ ਤਾਂ ਸਿਰਫ ਨੋਰਮਲੀ ਕੀਤਾ ਹੋਇਆ, ਹਜੇ ਤਾਂ ਕੋਠੀ ਦਾ ਕੰਮ ਹੀ ਚੱਲ ਰਿਹਾ, ਚੱਲ ਰਿਹਾ, ਹਜੇ ਕੰਪਲੀਟ ਨਹੀਂ ਹੋਈ ਹੈਗੀ। ਤੇ ਇੱਕ ਬਾਈ ਤੋਂ ਨਾ ਰਿਵਿਊ ਲਵਾਂਗੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੇ ਗੱਲ ਕਰੀਏ ਨਾ, ਵੀ ਕਹਿੰਦੇ ਹੁੰਦੇ ਆ ਸਾਡਾ ਕੰਮ ਚੈਨਲ ਤੇ ਦਿਖਾਉਣਾ ਚੀਜ਼ਾਂ, ਬਾਈ ਹੋਰਾਂ ਦਾ ਕੰਮ ਆ, ਇਹਨਾਂ ਨੇ ਵੀ ਆਪਦੀ ਚੀਜ਼ ਨੂੰ ਪ੍ਰੈਜੈਂਟ ਕਰਨਾ ਵੀ ਸੀ, ਇਹ ਚੀਜ਼ ਬਣਾਈ ਆ, ਪਰ ਤੁਸੀਂ ਮਾਲਕ ਹੋ, ਤੁਸੀਂ ਆਪਦਾ ਕੰਮ ਕਰਵਾ ਰਹੇ ਹੋ, ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਤੇ ਤੁਹਾਡੇ ਇਹ ਕਿਵੇਂ ਲਿੰਕ 'ਚ ਆਏ? ਵੀਰੇ, ਇਹਨਾਂ ਨੂੰ ਅਸੀਂ ਫੇਸਬੁੱਕ ਤੋਂ ਕੰਟੈਕਟ ਕੀਤਾ, ਦੇਖ ਕੇ ਇਹਨਾਂ ਦਾ ਕੰਮ ਜੀ, ਇਹਨਾਂ ਦਾ ਕੰਮ ਬਹੁਤ ਸੋਹਣਾ ਲੱਗਿਆ। ਇੱਕ ਤਾਂ ਇਹ ਬਹੁਤ ਹੈਵੀ ਕੰਮ ਕਰਦੇ, ਜਿਹਨੂੰ ਆਪਾਂ ਕਹਿੰਦੇ ਵੀ ਲੋਹਾ, ਇੱਕ ਦੇਖਣ ਨੂੰ ਲੋਹਾ ਲੱਗ ਰਿਹਾ, ਠੀਕ ਹੈ, ਬਹੁਤ ਹੈਵੀ ਆ, ਜਿਹੜਾ ਤੁਸੀਂ ਹੱਟਾਂ ਦੇ ਥੱਲੇ ਲੋਹਾ ਕਹਿੰਦੇ ਹੋ ਇਹ ਵੀ ਬਹੁਤ ਜ਼ਿਆਦਾ ਹੈਵੀ ਲੱਗਿਆ ਹੋਇਆ। ਠੀਕ ਹੈ, ਮੈਂ ਦੇਖੀਆਂ, ਮੈਂ ਪਹਿਲਾਂ ਬਹੁਤ ਕੰਮ ਦੇਖਿਆ ਕੀਤੇ ਹੋਏ, ਉਹ ਬਹੁਤ ਜਾਣੀ ਕਿ ਹਲਕਾ ਕੰਮ ਕਰਦੇ ਆ। ਠੀਕ ਹੈ, ਠੀਕ ਆ, ਲੰਮਾ ਸਮਾਂ ਚੱਲਣ ਵਾਲੀ ਚੀਜ਼ ਨਹੀਂ ਹੁੰਦੀ। ਹਾਂਜੀ, ਇਹਨਾਂ ਦਾ ਜੋ ਵੀ ਹੈਗਾ ਆਪਣਾ ਕੋਸਟ ਵਜੋਂ ਲਾ ਲਓ ਉਹ ਵੀ ਸਹੀ ਆ, ਮਜ਼ਬੂਤੀ ਦੇ ਹਿਸਾਬ ਨਾਲ ਬਿਲਕੁਲ ਸਹੀ ਆ। ਠੀਕ ਹੈ ਜੀ, ਹਾਂਜੀ, ਤੇ ਅੱਗੇ ਟੀਮ ਦਾ ਬਈ ਜਿਵੇਂ ਕਹਿੰਦੇ ਫਿਟਿੰਗ ਵਗੈਰਾ ਦਾ ਸਹੀ ਔਨ ਟਾਈਮ ਕੀਤਾ ਜਦੋਂ ਤੁਸੀਂ ਫਿਟਿੰਗ ਵਗੈਰਾ? ਵੀਰੇ, ਇੱਕ ਵੀ ਨਟ ਨਹੀਂ ਬਾਹਰ ਦਿਖ ਰਿਹਾ ਜੰਗਲੇ ਦਾ ਨਾ ਕਿਤੇ ਹੋਰ, ਸਾਰੇ ਬਾਅਦ ਚ ਲਾਏ ਹੋਏ ਆ। ਠੀਕ ਹੈ ਜੀ, ਇਹ ਨਹੀਂ ਹੈਗਾ ਆਮ ਮਿਸਤਰੀ ਵਿੱਚ ਦੇਈ ਜਾਂਦੇ ਆ, ਇਹ ਵੀ ਆਪਾਂ ਗੱਲ ਕਰਦੇ ਆ ਜੀ ਬਾਈ, ਆਮ ਤੌਰ ਤੇ ਪੱਕੀ ਵਿੱਚ ਦੇ ਦਿੰਦੇ ਆ, ਉਹ ਫਿਰ ਸਮਾਂ ਪੈ ਕੇ ਕ੍ਰੈਕ ਆ ਜਾਂਦਾ, ਆਪਾਂ ਦੇਖਦੇ ਆ ਕ੍ਰੈਕ ਆ ਜਾਂਦਾ, ਹੈ ਨਾ, ਇਹ ਪਲਾਸਟਰ ਹੋਣ ਤੋਂ ਬਾਅਦ ਲੱਗੇ ਹੋਏ ਜੰਗਲੇ ਆ ਤੇ ਕੋਈ ਕਿਸੇ ਦਾ ਵੀ ਕੋਈ ਨਟ ਬੋਲਟ ਕੋਈ ਦਿਖਾਈ ਨਹੀਂ ਦੇ ਰਿਹਾ। ਠੀਕ ਹੈ ਜੀ, ਇਹ ਵੀ ਦੇਖੋ ਜੀ। ਲਓ ਵੀ ਦੋਸਤੋ, ਦੋਸਤੋ ਬਾਈ ਹੋਰਾਂ ਨੇ ਜੇ ਆਪਾਂ ਗੱਲ ਕਰੀਏ ਨਾ, ਮੇਨ ਓਨਰ ਨੇ ਵੀ ਰਿਵਿਊ ਦਿੱਤਾ ਹੈਗਾ ਵੀ ਬਾਈ ਹੋਰਾਂ ਦਾ ਕੰਮ ਹੈ ਜਿਹੜਾ ਬਹੁਤ ਸਾਫ਼ ਸੁਥਰਾ ਹੈਗਾ, ਅਤੇ ਸਭ ਤੋਂ ਵੱਡੀ ਗੱਲ ਕਿ ਉਹਨੇ ਤੁਹਾਡੇ ਸਾਹਮਣੇ ਹੈ ਕੰਮ, ਚੀਜ਼ ਬਿਲਕੁਲ ਤੁਹਾਨੂੰ ਨਜ਼ਰ ਆ ਰਹੀ ਆ ਵੀ ਕਿਸ ਤਰ੍ਹਾਂ ਦਾ ਬਾਈ ਹੋਰਾਂ ਨੇ ਕੰਮ ਕੀਤਾ। ਇਹਨਾਂ ਦਾ ਕੰਮ ਦੇਖ ਕੇ ਘੱਟੋ ਘੱਟ 30-40 ਜਣੇ ਮੇਰੇ ਤੋਂ ਨੰਬਰ ਵੀ ਲੈ ਗਏ ਇਹਨਾਂ ਦਾ, ਇਹਨਾਂ ਤੋਂ ਕੰਮ ਵੀ ਕਰਵਾ ਰਹੇ ਆਪਣੇ ਪਿੰਡ 'ਚ, ਇੱਥੇ 3-4 ਬੰਦਿਆਂ ਦਾ ਕਰਨਾ ਇਹਨਾਂ ਨੇ। ਠੀਕ ਹੈ, ਅਤੇ ਉਹਨਾਂ ਦਾ ਆਰਡਰ ਮਿਲਿਆ ਹੈਗਾ ਅਤੇ ਬਹੁਤ ਵਧੀਆ ਕੰਮ ਕਰਕੇ ਤਾਂ ਇੱਥੇ ਆ ਕੇ ਪੁੱਛਦੇ, ਇਹਨਾਂ ਦਾ ਨੰਬਰ ਲੈਂਦੇ ਆ ਸਾਰਾ ਕੁਛ ਜੀ। ਅਤੇ ਇੱਕ ਦੋਸਤੋ ਹੋਰ ਮੇਨ ਖਾਸ ਗੱਲ ਹੁੰਦੀ ਹੈਗੀ, ਕਈ ਵਾਰ ਆਪਾਂ ਘਰ ਦਾ ਨਾ ਜਦੋਂ ਵੱਖੋ ਵੱਖਰੇ ਥਾਵਾਂ ਤੋਂ ਕੰਮ ਕਰਾਉਣੇ ਆ, ਇੱਕ ਦੂਜੇ 'ਚ ਪਹਿਲੀ ਗੱਲ ਤਾਂ ਮਿਸਤਰੀ ਨੁਕਸ ਕੱਢਣ ਲੱਗ ਜਾਂਦੇ ਵੀ ਹੁਣ ਇਹ ਚੀਜ਼ ਲਾਈ ਹੈ, ਪਰ ਸਟੀਲ ਅਤੇ ਲੋਹੇ ਦਾ ਜਿਹੜਾ ਵੀ ਤੁਸੀਂ ਗੇਟ ਤੋਂ ਲੈ ਕੇ ਛੱਤ ਤੱਕ ਕੰਮ ਕਰਾਉਣਾ ਹੈਗਾ ਉਹ ਬਾਈ ਕੋਲ ਇਕੱਲੇ ਕੋਲ ਹੀ ਆ ਸਾਰਾ ਕੁਛ, ਅਤੇ ਉਹ ਸਾਰੀ ਸੈਟਿੰਗ ਇਕੱਲੇ ਨਹੀਂ ਕਰ ਦੇਣੀ ਆ, ਤੁਹਾਨੂੰ ਇਹ ਪ੍ਰੋਬਲਮ ਹੀ ਨਹੀਂ ਆਉਣੀ ਹੈਗੀ ਵੀ ਯਾਰ ਆਹ ਚੀਜ਼ ਫਰਕ ਰਹੇਗਾ, ਜੇ ਫਰਕ ਰਹੂ ਸਾਰੇ 'ਚ ਤਾਂ ਵੀ ਬਾਈ ਨੂੰ ਆਪਾਂ ਫੜ ਲੈਣੇ, ਜੇ ਸਹੀ ਹੋਊਗਾ ਤਾਂ ਤਾਰੀਫ ਵੀ ਬਾਈ ਦੀ ਆਪਾਂ ਕਰਦੇ ਹਾਂ। ਇਹ ਵੀ ਇੱਕ ਬਹੁਤ ਖਾਸ ਰਹਿੰਦੀ ਹੈ ਬਾਈ, ਕਿਉਂਕਿ ਵੱਖੋ ਵੱਖਰੇ ਕੋਲ ਜਾਂਦੇ ਆ, ਇਹਨਾਂ ਦੇ ਡੋਰ ਵਗੈਰਾ ਆਟੋਮੈਟਿਕ ਲਾਉਣਾ ਆਪਾਂ ਸਾਰਾ ਸਟੀਲੀ ਮੇਨ ਗੇਟ, ਤੇ ਉਹ ਵੀ ਲੱਗੇ ਦੇਖੇ ਆ, ਬਹੁਤ ਸੋਹਣਾ ਕੰਮ ਹੈਗਾ, ਸਫਾਈ ਨਾਲ ਕੰਮ ਆ। ਹਾਂਜੀ ਜੀ,
ਬਾਕੀ ਇੱਕ ਚੀਜ਼ ਹੋਰ ਤੁਹਾਨੂੰ ਇੱਥੇ ਵੀ ਦੱਸ ਦਈਏ ਵੀ ਜਿਵੇਂ ਦੇਖੋ ਅਸੀਂ ਕਿਸੇ ਕਸਟਮਰ ਦੇ ਨਾਲ ਕੰਮ ਕਰਦੇ ਹਾਂ, ਅਸੀਂ ਕਦੇ ਕਸਟਮਰ ਸਮਝ ਕੇ ਨਹੀਂ ਕੀਤਾ, ਠੀਕ ਹੈ, ਅਸੀਂ ਆਪਦਾ ਮਤਲਬ ਵਧੀਆ ਆਪਦਾ ਫਰੈਂਡ ਸਮਝ ਕੇ ਕੰਮ ਕਰਦੇ ਹਾਂ, ਠੀਕ ਹੈ ਨਾ, ਇਹਨਾਂ ਨਾਲ ਵੀ ਸਾਡਾ ਆਈ ਆ ਇੱਦਾਂ ਹੀ ਆ ਸਭ ਦਾ। ਅਤੇ ਇੱਕ ਅਸੀਂ ਇਹਦੇ ਵਿੱਚ ਇਹ ਕਰ ਦਿੰਦੇ, ਕਈ ਵਾਰੀ ਬੰਦਾ ਹੁੰਦਾ ਕੋਈ NRI ਕੋਈ ਬੰਦਾ ਬਾਹਰਲਾ ਜਿਹੜਾ ਆਪਣੇ ਏਰੀਏ ਦੇ ਨਾਲ ਮਾਰਕੀਟ ਤੋਂ ਹੈ ਨਾ ਵੀ ਨਹੀਂ ਹੈਗਾ ਰੂਬਰੂ, ਉਹਨੂੰ ਨਹੀਂ ਪਤਾ ਕੀ ਚੱਲਦਾ ਹੈ ਨਾ, ਆਪਾਂ ਉਹਨਾਂ ਦੇ ਬਹੁਤ ਜ਼ਿਆਦਾ ਸੁਜੈਸਟ ਕਰ ਦਈਦਾ ਵਾ, ਕਿਉਂਕਿ ਆਪਾਂ ਕੋਈ ਕਮਿਸ਼ਨ ਨਹੀਂ ਲੈਂਦੇ, ਕੋਈ ਕੁਛ ਨਹੀਂ ਹੈਗਾ, ਆਪਾਂ ਦੱਸ ਦਿੰਦੇ ਕਿਸੇ ਨੇ ਕੋਈ ਲੱਕੜੀ ਵਾਲੇ ਮਿਸਤਰੀ ਚਾਹੀਦੇ ਹੋਣ, ਗਲਾਸ ਵਾਲੇ ਚਾਹੀਦੇ ਆ ਜਾਂ ਕਿਸੇ ਤਰ੍ਹਾਂ ਦੇ ਵੀ ਹੈਗੇ ਆ, ਉਹ ਟਾਇਲ ਲਾਉਣ ਵਾਲੇ ਆ ਕੋਈ ਵੀ, ਉਹ ਆਪਾਂ ਅਵੇਲੇਬਲ ਕਰਾ ਦਿੰਦੇ ਉਹਨਾਂ ਨੂੰ, ਠੀਕ ਆ, ਉਹ ਸਾਡੇ ਦੇਖੇ ਅਤੇ ਪਰ ਕੇ ਸਾਡੇ ਭਰੋਸੇਮੰਦ ਬੰਦੇ ਹੁੰਦੇ ਆ, ਇਹਦੇ ਵਿੱਚ ਬੰਦੇ ਨੂੰ ਸੌਖਾ ਹੋ ਜਾਂਦਾ ਵੀ ਠੀਕ ਆ ਵੀ ਪ੍ਰਾਈਜ਼ ਵੱਸੋਂ ਵੀ ਅਤੇ ਕੁਆਲਿਟੀ ਵੱਲੋਂ ਵੀ ਹੈ ਨਾ, ਵੀ ਉਹ ਪੂਰੇ ਪਰਖੇ ਹੋਏ ਬੰਦੇ ਹੁੰਦੇ ਆ, ਉਹਨੂੰ ਜੇ ਉਹਨੂੰ ਬੰਦੇ ਚਾਹੀਦੇ ਆਪਾਂ ਉਹ ਵੀ ਦੇ ਸਕਦੇ ਹਾਂ, ਆਪਣੇ ਨਾਲ ਟੀਮਾਂ ਕੰਮ ਕਰ ਰਹੀਆਂ ਜੀ। ਲਓ ਵੀ ਦੋਸਤੋ, ਵੀਡੀਓ ਕਰਦੇ ਸ਼ੇਅਰ, ਜਿਨ੍ਹਾਂ ਦਾ ਵੀ ਕੰਮ ਕੋਠੀ ਦਾ ਚੱਲ ਰਿਹਾ ਹੈਗਾ, ਕਿਸੇ ਵੀ ਤਰ੍ਹਾਂ ਦਾ ਮਤਲਬ ਸਟੀਲ ਲੋਹੇ ਦਾ, ਚਾਹੇ ਤੁਸੀਂ ਗੇਟ ਲਵਾਉਣਾ ਜਾਂ ਕੋਈ ਵੀ ਕੰਮ ਕਰਾਉਣਾ, ਇੱਕ ਵਾਰ ਬਾਈ ਨੂੰ ਮੌਕਾ ਜ਼ਰੂਰ ਦਿਓ, ਅਤੇ ਜਿਹੜੇ ਜਿਹੜੇ ਮਿੱਤਰਾਂ ਨੇ ਪਹਿਲਾਂ ਬਾਈ ਤੋਂ ਕੰਮ ਕਰਾਇਆ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਬਾਈ ਦਾ ਕੰਮ ਕਿਵੇਂ ਲੱਗਿਆ। ਤੁਹਾਨੂੰ ਦੋਸਤੋ, ਜਿਵੇਂ ਬਾਈ ਨਾਲ ਨਾ ਆਪਾਂ ਕੋਠੀਆਂ 'ਤੇ ਤੁਹਾਨੂੰ ਬਾਈ ਦਾ ਕੰਮ ਦਿਖਾਇਆ, ਹੁਣ ਬਾਈ ਦੀ ਫੈਕਟਰੀ ਦੇ ਵਿੱਚ ਆ ਗਏ ਹਾਂ, ਵੀ ਜੋ ਵੀ ਮਟੀਰੀਅਲ ਬਾਈ ਹੋਰੀ ਲਾਉਂਦੇ ਨੇ ਉਹ ਕਿਸ ਤਰ੍ਹਾਂ ਦਾ ਲਾਉਂਦੇ ਨੇ ਅਤੇ ਕੀ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਯੂਜ਼ ਕਰਦੇ ਆ। ਬਾਈ ਸਭ ਤੋਂ ਪਹਿਲਾਂ ਤੁਹਾਨੂੰ ਜੇ ਗੱਲ ਕਰੀਏ ਵੀ ਕੋਠੀਆਂ 'ਚ ਆਪਾਂ ਕੰਮ ਵੈਸੇ ਸਾਰਾ ਦਿਖਾਤਾ, ਇੱਕ ਵਾਰ ਦੁਬਾਰੇ ਦੱਸ ਦਿਓ ਵੀ ਕਾਹਦਾ ਕਾਹਦਾ ਆਪਾਂ ਕੰਮ ਹੋਰ ਕਰਦੇ। ਦੇਖੋ ਆਪਾਂ ਮੇਨ ਇੱਕ ਤਾਂ ਹੋ ਗਿਆ ਆਪਣੇ ਸਟੀਲ ਦੇ ਗੇਟ ਬਣਾਉਂਦੇ ਹਾਂ, ਮੇਨ ਐਂਟਰੀ ਵਾਲੇ ਸਟੀਲ ਦੇ ਪ੍ਰੋਫਾਈਲ ਵਾਲੇ ਗੇਟ ਜਿਵੇਂ ਤਿਆਰ ਹੋ ਹੀ ਰਿਹਾ ਵਾ, ਹੈ ਨਾ, ਅਤੇ ਇਸ ਤੋਂ ਇਲਾਵਾ ਆਪਾਂ ਬਣਾਉਂਦੇ ਹਾਂ ਜੰਗਲੇ ਹੋ ਗਏ, ਹੈ ਨਾ, ਜਿਹੜੇ ਆਪਣੇ ਜੰਗਲੇ ਲੱਗਦੇ ਆ ਉਹਦੇ 'ਚ ਆਪਾਂ ਕਲਾਸੀਕਲ ਕੋਠੀਆਂ ਵਾਲੇ ਜੰਗਲੇ ਹੋ ਗਏ ਅਤੇ ਆਪਣੇ ਗਲਾਸ ਵਾਲੇ ਹੋ ਗਏ, ਠੀਕ ਆ, ਉਹ ਲੱਗ ਜਾਂਦਾ। ਅਤੇ ਬਾਕੀ ਜਿਹੜੇ ਹੈਗੇ ਆ ਆਪਣੇ ਸ਼ਿੰਗਲਸ ਲਾਉਂਦੇ ਹਾਂ ਆਪਾਂ ਹੱਟਾਂ, ਹਾਂ ਆਪਣੀ ਹੱਟਾਂ ਬਣਦੀਆਂ ਉੱਪਰ, ਹੈ ਨਾ, ਹਾਂ ਬਿਲਕੁਲ ਬਿਲਕੁਲ, ਸ਼ਿੰਗਲਸ ਆਪਾਂ ਲਾ ਰਹੇ ਹਾਂ, ਸ਼ਿੰਗਲ ਆਪਣੇ ਕੋਲ ਕੋਰੀਅਨ ਸ਼ਿੰਗਲ ਲਾ ਰਹੇ ਹਾਂ ਆਪਾਂ, ਠੀਕ ਹੈ, ਅਤੇ ਉਹ ਖਰਾਬ ਨਹੀਂ ਹੁੰਦੇ, 25 ਸਾਲ ਦੀ ਉਹਦੀ ਗਰੰਟੀ ਹੁੰਦੀ ਹੈ ਜੀ। ਅਤੇ ਬਾਕੀ ਦੇਖੋ ਆਪਾਂ ਕੰਮ ਆਪਣਾ ਇਹ ਆ ਵੀ ਜਦੋਂ ਆਪਣਾ ਕੋਠੀ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਆ ਆਪਾਂ ਉਦੋਂ ਤੋਂ ਲੈ ਕੇ ਐਂਡ ਤੱਕ ਕੰਮ ਕਰਦੇ ਹਾਂ, ਜਿਵੇਂ ਪਹਿਲਾਂ ਸਟਾਰਟਿੰਗ ਦੇ ਵਿੱਚ ਚਗਾਠਾਂ ਬਣਦੀਆਂ, ਚਗਾਠਾਂ ਆਪਾਂ ਬਣਾ ਕੇ ਦਿੰਦੇ ਹਾਂ, ਉਸ ਤੋਂ ਬਾਅਦ ਉੱਪਰ ਜੰਗਲੇ ਆ ਗਏ, ਜੰਗਲੇ ਲੱਗ ਗਏ, ਅੰਦਰ ਪੌੜੀਆਂ ਵਾਲੀ ਰੈਲਿੰਗ ਲੱਗ ਗਈ, ਠੀਕ ਆ, ਅਤੇ ਐਂਡ ਦੇ ਉੱਪਰ ਆਪਣੇ ਉੱਪਰ ਸ਼ਿੰਗਲ ਦਾ ਲੱਗ ਗਿਆ ਜਿਵੇਂ, ਹੈ ਨਾ, ਅਤੇ ਗੇਟ ਲੱਗ ਗਿਆ। ਇਹ ਤੋਂ ਇਲਾਵਾ ਵੀ ਕਿਸੇ ਨੇ ਸਟੀਲ ਜਾਂ ਲੋਹੇ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ, ਹਾਂ ਉਹ ਆਪਾਂ ਕਰ ਸਕਦੇ ਹਾਂ। ਗੇਟ ਦੀ ਕੁਆਲਿਟੀ ਦਿਖਾ ਦੀ, ਕਿਉਂਕਿ ਇਹ ਅੱਜ ਦੇ ਟਾਈਮ ਮਤਲਬ ਸਭ ਤੋਂ ਟ੍ਰੈਂਡਿੰਗ ਦੇ ਵਿੱਚ ਹੈ। ਬਿਲਕੁਲ ਬਿਲਕੁਲ, ਇਹਦੇ ਪੂਰਾ ਫੁੱਲ ਟ੍ਰੈਂਡ ਹੈ ਇਸ ਟਾਈਮ, ਇਹਨੂੰ ਅਲਮੂਨੀਅਮ ਪ੍ਰੋਫਾਈਲ ਸ਼ੀਟ ਵਾਲਾ ਗੇਟ ਕਹਿੰਦੇ ਆ, ਇਹ ਅਲਮੂਨੀਅਮ ਪ੍ਰੋਫਾਈਲ ਵਾਲਾ ਗੇਟ ਹੁੰਦਾ, ਇਹ 'ਚ ਲੇਜ਼ਰ ਕਟਿੰਗ ਨਾਲ ਲਿਖਿਆ ਹੋਇਆ ਅਤੇ ਉਹ ਕਿਸੇ ਨੇ ਲਿਖਵਾਇਆ ਪਰਉਪਕਾਰ ਸਿੱਧੂ, ਕਿਸੇ ਨੇ ਆਪਦੇ ਬੇਟੇ ਦੇ ਨਾਮ ਤੋਂ ਪੰਜਾਬ ਦਾ ਨਕਸ਼ਾ ਬਣਿਆ, ਹਾਂ ਪੰਜਾਬ ਦਾ ਨਕਸ਼ਾ ਬਣਿਆ ਆਪਣਾ, ਹਾਂ ਆਪਣਾ ਪੰਜਾਬੀ ਅਤੇ ਖੇਤੀ ਨੂੰ ਦਿਖਾਇਆ ਹੋਇਆ ਇਹਦੇ ਵਿੱਚ, ਹੈ ਨਾ, ਅਤੇ ਸਟੀਲ ਜਿਹੜਾ ਹੁੰਦਾ ਆਪਣਾ 304 ਗੇਟ ਦਾ ਯੂਜ਼ ਕਰਦੇ ਹਾਂ, ਜਿਹੜਾ ਪੂਰਾ ਪ੍ਰੋਪਰ ਆ ਜਿੰਦਲ ਕੰਪਨੀ ਦਾ ਹੋਊਗਾ, ਠੀਕ ਹੈ ਨਾ, ਹਾਂ ਬਿਲਕੁਲ, ਹਾਂ ਬਿਲਕੁਲ ਪ੍ਰੋਪਰ। ਉਹ ਜਿਹੜੀਆਂ ਪ੍ਰੋਫਾਈਲਾਂ ਹੁੰਦੀਆਂ ਇਹ ਵੀ ਹੈਵੀ ਆ, ਲੋਕ ਲਾਈਟ ਵੇਟ ਲਾਈ ਜਾਂਦੇ ਆ ਵਿੱਚ ਦੀ, ਹੋਰ ਕੀ ਹੁੰਦਾ ਵੀ ਮਤਲਬ ਨਾ ਕਈਆਂ ਦੇ ਵਿੱਚ ਕੀ ਆ ਬਾਅਦ 'ਚ ਮਤਲਬ ਪੇਂਟ ਕਰ ਦਿੰਦੇ ਆ ਠੰਡੇ ਉੱਪਰ, ਇਹ ਚੀਜ਼ ਦੇਖਦੇ ਨੇ ਕਲਰ ਦੀ ਮੈਂ ਆਪਸ਼ਨ ਦੇਖ ਰਿਹਾ, ਬਹੁਤ ਸਾਫ਼ ਸੁਥਰਾ ਕੀਤਾ ਹੋਇਆ, ਹਾਂ ਇਹ ਪਾਊਡਰ ਕੋਟਿੰਗ ਆ, ਠੀਕ ਹੈ, ਪਾਊਡਰ ਕੋਟਿੰਗ ਆ, ਪਾਊਡਰ ਕੋਟਿੰਗ ਨਹੀਂ ਖਰਾਬ ਹੁੰਦੀ, 10-12 ਸਾਲ ਦੀ ਇਹਦੀ ਗਰੰਟੀ ਵੀ ਦਿੰਦੇ ਆ, ਠੀਕ ਹੈ, ਹਾਂ ਠੀਕ, ਤੁਸੀਂ ਦੇਖ ਸਕਦੇ ਹੋ ਦੋਸਤੋ ਪ੍ਰੋਫਾਈਲਾਂ ਇੱਧਰ ਵੀ ਰੱਖੀਆਂ ਹੋਈਆਂ ਬਾਈ ਨੇ, ਪਾਊਡਰ ਕੋਟਿੰਗ ਹੀ ਹੁੰਦੀ ਹੈ ਸਾਰੀ ਇਹ, ਤੇ ਸਾਰਾ ਮਤਲਬ ਉੱਥੋਂ ਤਿਆਰ ਹੋ ਕੇ ਆਉਂਦਾ ਵਾ ਜੀ। ਤੇ ਇਸ ਤੋਂ ਇਲਾਵਾ ਵੀ ਇੱਧਰ ਨਾਲ ਮਤਲਬ ਲੋਕਲ ਟਰਾਲੀ ਟੂਲੀ ਦਾ ਵੀ ਕੰਮ ਸਾਰਾ ਚੱਲਦਾ ਇੱਧਰ, ਹਾਂ ਰਿਪੇਅਰ ਦਾ ਕਰਦੇ ਆ, ਫਾਦਰ ਸਾਹਿਬ ਦੇਖਦੇ ਆ ਆਪਣਾ, ਤੇ ਇੱਧਰ ਹੈਗਾ ਆਪਣਾ ਜੋ ਵੀ ਰਿਪੇਅਰ ਦਾ ਕੰਮ ਚੱਲਦਾ ਵਾ, ਆਹ ਕੋਈ ਬਣਵਾ ਰਿਹਾ ਜਿਵੇਂ ਬਰਗਰ ਵਾਲੇ ਨੇ ਆਪਾਂ ਬਣਾਉਂਦੇ ਰੋਡਾਂ 'ਤੇ, ਅੱਛਾ ਜੀ, ਜਿਹੜੇ ਅੱਜ ਕੱਲ੍ਹ ਟਰਾਲੀ ਟਰਾਲੀ ਖੜੇ ਜੋ ਸਾਡੇ ਕੋਲ ਤਾਂ ਕੋਈ ਵੀ ਆਉਂਦਾ ਅਸੀਂ ਤਾਂ ਕੰਮ ਫੜੀ ਲੈਂਦੇ ਹਾਂ, ਬੰਦੇ ਕਹਿੰਦੇ ਵੀ ਚੱਲ ਜਾ ਵੀ ਕੋਈ ਵੀ ਕੰਮ ਕਰਾਉਣਾ, ਨਰਾਜ਼ ਨਹੀਂ ਕਰਦੇ, ਨਰਾਜ਼ ਨਹੀਂ ਕਰਦੇ ਹੈਗੇ, ਹਾਂ ਇਹ ਕੋਈ ਲੋਹੇ ਸਟੀਲ ਦੀ ਖਾਸ ਕਰਕੇ ਮਤਲਬ ਬਣ ਜੂ, ਹਾਂ ਬਣ ਜੂ, ਅਸੀਂ ਤਾਂ ਪਹਿਲੀ ਵਾਰੀ ਬਣਾਉਣ ਲੱਗੇ ਹਾਂ ਅਤੇ ਜਦੋਂ ਬਣ ਕੇ ਦੇਖਿਓ ਪੂਰੀ ਵਧੀਆ ਬਣਾ ਦੇਣੀ ਅਸੀਂ ਇਹ, ਠੀਕ ਹੈ ਜੀ, ਅਤੇ ਕੋਈ ਚੱਕਰ ਨਹੀਂ ਹੈਗਾ, ਹਰ ਤਰ੍ਹਾਂ ਦਾ ਕੰਮ ਕਰੀ ਜਾ ਰਹੇ ਹਾਂ ਜੀ। ਅਤੇ ਲਓ ਵੀ ਦੋਸਤੋ, ਬਾਈ ਹੋਰਾਂ ਦਾ ਨੰਬਰ ਨੋਟ ਕਰ ਲਿਓ ਸਕਰੀਨ 'ਤੇ, ਨੰਬਰ ਦਿੱਤਾ ਹੈਗਾ, ਦੋ ਫੈਕਟਰੀਆਂ ਇੱਥੇ ਆ ਗਈ ਬਾਈ ਹੋਰਾਂ ਨੇ, ਹਾਂ ਅਤੇ ਕੰਮ ਤੁਹਾਨੂੰ ਕੋਠੀਆਂ ਦੇ ਵਿੱਚ ਆਪਾਂ ਸਾਰਾ ਦਿਖਾ ਹੀ ਦਿੱਤਾ ਹੈਗਾ,
ਤੇ ਕੋਈ ਵੀ ਕੁਐਰੀ ਆ ਤਾਂ ਬਾਈ ਹੋਰਾਂ ਸਕਰੀਨ 'ਤੇ ਨੰਬਰ ਦਿੱਤਾ, ਐਡਰੈਸ ਵੀ ਬਾਈ ਹੋਰਾਂ ਦਾ ਸਕਰੀਨ 'ਤੇ ਦਿੱਤਾ। ਵੈਸੇ ਇੱਕ ਵਾਰ ਦੱਸ ਵੀ ਦਿੰਦੇ ਹਾਂ, ਪਿੰਡ ਕੌਂਕੇ ਗਲਾਂ ਨੀਅਰ ਜਗਰਾਓ। ਜਗਰਾਓ, ਹਾਂਜੀ ਜੀ।